ਗੁੱਡ ਮਾਰਨਿੰਗ ਜੀ, ਕਿੱਦਾਂ ਹਾਲ ਚਾਲ ਹੈ? ਵਾਹ ਵੀ ਵਾਹ, ਆਹ ਫੇਸਬੁੱਕ ਵਾਲਿਆਂ ਨੇ ਵੀ ਟੋਪੀਆਂ ਟਾਪੀਆਂ ਜਿਹੀਆਂ ਨਵੀਆਂ ਬਣਾਤੀਆਂ, ਐਨਕਾਂ ਉਨਕਾਂ ਜਿਹੀਆਂ। ਇਹ ਲੈਂਦੀ ਨਹੀਂ ਗੀ ਕਿਸੇ ਤਰੀਕੇ ਨਾਲ, ਮੈਂ ਪਾ ਤਾਂ ਲਈ ਹੁਣ, ਇਹ ਲੈਣੀ ਔਖੀ ਹੋਈ ਪਈ ਆ ਟੋਪੀ। ਓ ਅੱਛਾ, ਇੱਦਾਂ ਆ ਨਵੇਂ ਜਲਵੇ ਨੇ ਵੀ ਫੇਸਬੁੱਕ ਵਾਲਿਆਂ ਦੇ। ਹੈਲੋ ਜੀ, ਹੈਲੋ ਜੀ, ਹੈਲੋ ਸਾਰਿਆਂ ਨੂੰ ਜਿੰਨੇ ਵੀ ਥੱਲੇ ਆ ਗਏ ਨੇ। ਕਿੱਦਾਂ ਵੀਰੇ, ਕਿੱਦਾਂ? ਠੀਕ ਠਾਕ ਜੀ, ਗੁੱਡ ਮਾਰਨਿੰਗ ਹੈਗੀ ਆ ਜੀ। ਅਸੀਂ ਹੈਗੇ ਹਾਂ ਦਿੱਲੀ, ਕੈਰੀ ਓਨ ਜੱਟਾ 2 ਦੀ ਪ੍ਰਮੋਸ਼ਨ ਚੱਲ ਰਹੀ ਆ ਵਧੀਆ ਤਰੀਕੇ ਨਾਲ। ਐਨਕ ਸੈੱਟ ਜੀ ਨਹੀਂ ਹੋ ਰਹੀ ਆਪਣੀ, ਸੈੱਟ ਹੋ। ਚਲੋ ਕੋਈ ਨਾ, ਜਿੱਦਾਂ ਵੀ ਹੈ ਠੀਕ ਚੱਲ ਰਿਹਾ ਮਾਹੌਲ। ਉਹ ਤੇਰੀ ਨਹੀਂ ਨਹੀਂ ਇਹਦੇ ਨਾਲ ਤਾਂ ਐਨਕ ਠੀਕ ਨੇ। ਲਓ ਜੀ, ਅਪਡੇਟ ਤੁਹਾਨੂੰ ਇਹ ਦੇਣੀ ਆ। ਹੈਲੋ ਜੀ, ਹੈਲੋ ਸਰ, ਕਿੱਦਾਂ ਹਾਲ ਚਾਲ ਜੀ ਸਾਰਿਆਂ ਨੂੰ? ਗੁੱਡ ਮਾਰਨਿੰਗ ਉਸਤਾਦ ਜੀ, ਗੁੱਡ ਮਾਰਨਿੰਗ ਸੈਮ ਸਿੱਧੂ ਸਾਹਿਬ, ਰੁਚਿਕਾ, ਲਵ ਯੂ ਸੋ ਮੱਚ ਕੀਪੀ ਜੀ, ਲਵ ਯੂ ਟੂ, ਅਮਨ ਮਹਿਤਾ, ਅਮਨ ਮਹਿਤਾ ਜੀ, ਦਿਲੋਂ ਲਵ ਯੂ ਆ ਉਸਤਾਦ ਜੀ, ਐਕਸਾਈਟਡ ਹਾਂ ਜੀ ਪੂਰੇ 1 ਜੂਨ ਲਈ। ਆ ਗੱਲਬਾਤ, ਕਿਆ ਬਾਤ ਹੈ ਜੀ। ਸੌਰਭ ਸਿੰਘ, ਗੁੱਡ ਮਾਰਨਿੰਗ ਜੀ, ਗੁੱਡ ਮਾਰਨਿੰਗ, ਗੁੱਡ ਮਾਰਨਿੰਗ ਡੀਅਰ ਬ੍ਰਦਰ, ਆਲ ਦਾ ਬੈਸਟ ਫੋਰ ਮੂਵੀ, ਥੈਂਕ ਯੂ ਜੀ। ਸੋ ਲਾਈਵ ਅੱਜ ਸਵੇਰੇ ਸਵੇਰੇ ਤਾਂ ਆਇਆ ਜੀ, ਵੈਸੇ ਤਾਂ ਮੈਂ ਕੱਲ੍ਹ ਵੀ ਅਪਡੇਟ ਕਰ ਦਿੱਤਾ ਸੀ ਤੁਹਾਨੂੰ ਕਿ ਐਡਵਾਂਸ ਟਿਕਟਾਂ ਓਪਨ ਹੋ ਗਈਆਂ ਜੀ ਵਰਲਡ ਵਾਈਡ। ਸੋ ਐਡਵਾਂਸ ਟਿਕਟਾਂ ਓਪਨ ਹੋ ਗਈਆਂ ਅਤੇ ਅੱਜ ਮੈਨੂੰ ਸਵੇਰੇ ਸਵੇਰੇ ਕਿਸੇ ਨੇ ਆਸਟ੍ਰੇਲੀਆ ਵਾਲਿਆਂ ਨੇ ਸਨੈਪਸ਼ੋਟ ਵੀ ਭੇਜਿਆ ਟਿਕਟਾਂ ਦਾ, ਮੈਂ ਉਹ ਅਪਡੇਟ ਵੀ ਕੀਤਾ ਸੀਗਾ ਆਸਟ੍ਰੇਲੀਆ ਵਾਲਿਆਂ ਦਾ ਤਾਂ। ਅਤੇ ਪੰਜਾਬ ਵਾਲੇ ਵੀ ਤੁਸੀਂ ਭੇਜਣ ਲੱਗ ਜਾਓ ਜੀ, ਪੰਜਾਬ ਸਾਰੇ ਕਿਤੇ ਟਿਕਟਾਂ ਓਪਨ ਹੋ ਗਈਆਂ, ਗਾਹ ਪੈ ਗਿਆ। ਮੈਂ ਕੱਲ੍ਹ ਚੈੱਕ ਕਰ ਰਿਹਾ ਸੀ ਜਲੰਧਰ ਬੁੱਕ ਮਾਈ ਸ਼ੋਅ ਦੇ ਉੱਤੇ, ਕਿਹੜਾ MBD ਮਾਲ ਦੇ ਵਿੱਚ ਮੈਨੂੰ ਕਿਸੇ ਨੇ ਭੇਜਿਆ ਵੀ ਸੋਲਡ ਆਊਟ ਹੋ ਗਿਆ ਜੀ, ਅਤੇ ਕਿਆ ਬਾਤ ਹੈ। ਸੋ ਥੈਂਕ ਯੂ ਸੋ ਮੱਚ, ਅਤੇ ਚੱਕ ਦਿਓ ਫਟੇ ਆ। ਆਲ ਦਾ ਬੈਸਟ ਭਾਜੀ ਫੋਰ ਮੂਵੀ ਲਈ, ਲਵ ਯੂ ਬ੍ਰੋ, ਵੈਨ ਯੂ ਕਮਿੰਗ ਟੂ ਨਿਊਯੋਰਕ ਸਿਟੀ? ਨਿਊਯੋਰਕ ਬਾਈ ਜੀ ਪਿੱਛੇ ਜਿਹੇ ਆ ਕੇ ਗਏ ਸੀਗੇ, ਅਤੇ ਫਿਲਹਾਲ ਤਾਂ ਕੋਈ ਪਲੈਨ ਨਹੀਂ ਹੈਗਾ, ਅਤੇ ਥੈਂਕ ਯੂ ਜਦੋਂ ਆਉਂਦੇ ਹਾਂ ਦੱਸਦੇ ਹਾਂ। ਫੈਜ਼ ਜੀ ਥੈਂਕ ਯੂ ਜੀ, ਲਵ ਯੂ ਵੀਰੇ ਸੋ ਮੱਚ। ਅਮਨ ਮਹਿਤੇ ਦਾ ਫਿਰ ਮੈਸੇਜ ਆ ਗਿਆ, ਕਹਿੰਦਾ ਦਿਲੋਂ ਦੁਆਵਾਂ ਨੇ ਉਸਤਾਦ ਜੀ, ਤੁਸੀਂ ਦਿਨ ਬਣਾਤਾ, ਲਵ ਯੂ, ਲਵ ਯੂ ਵੀਰੇ ਸੋ ਮੱਚ। ਅਮਨ ਥੈਂਕ ਯੂ ਸੋ ਮੱਚ ਵੀਰੇ, ਤੇਰਾ ਬਹੁਤ ਬਹੁਤ ਥੈਂਕਸ ਹੈ। ਅਤੇ ਤੁਸੀਂ ਸਾਰੇ ਇੱਥੇ ਆਉਂਦੇ ਹੋ, ਮੇਰਾ ਜੀ ਲੱਗ ਜਾਂਦਾ, ਗੱਲਾਂ ਬਾਤਾਂ ਹੋ ਜਾਂਦੀਆਂ, ਔਰ ਤੁਸੀਂ ਮੇਰੀ ਫਿਲਮ ਨੂੰ, ਆਪਣੀ ਫਿਲਮ ਨੂੰ ਪ੍ਰਮੋਟ ਕਰਦੇ ਹੋ, ਤੁਹਾਡਾ ਬਹੁਤ ਬਹੁਤ, ਜਿੰਨੇ ਵੀ ਮੇਰੇ ਫੈਨਸ ਨੇ ਜਿਹੜੇ ਰੈਗੂਲਰ ਵਿਚਾਰੇ ਸਾਰੇ ਜਣੇ ਡੇਲੀ ਕੋਈ ਨਾ ਕੋਈ ਚੀਜ਼ ਅਪਡੇਟ ਕਰਦੇ ਨੇ, ਉਹਨਾਂ ਦਾ ਬਹੁਤ ਬਹੁਤ ਥੈਂਕਸ ਹੈ। ਅਤੇ ਲਓ ਜੀ, 1 ਜੂਨ ਦੇ ਵਿੱਚ ਦਿਨ ਰਹਿ ਗਏ ਨੇ ਜੀ 3, ਅਤੇ ਤੁਸੀਂ ਟਿਕਟਾਂ ਫਟਾਫਟ ਬੁੱਕ ਕਰਾਓ ਜੀ, ਅਤੇ ਬੁੱਕ ਕਰਾ ਕੇ ਮੈਨੂੰ ਦੱਸੋ। ਬਲਰਾਜ ਸੰਧੂ ਜੀ ਕਹਿੰਦਾ ਆਈ ਹੈਵ ਕਲੈਕਟਡ 4 ਟਿਕਟਸ, ਥੈਂਕ ਯੂ ਵੀਰੇ ਤੇਰਾ ਬਹੁਤ ਬਹੁਤ। ਭਾਜੀ ਚੱਕ ਕੇ ਰੱਖਿਓ ਜੀ, ਕਮ ਫਰੋਮ ਪਾਕਿਸਤਾਨ, RJ ਬਖਤਿਆਰ, ਥੈਂਕ ਯੂ ਵੀਰੇ, ਥੈਂਕ ਯੂ ਸੋ ਮੱਚ। ਬਹੁਤ ਜ਼ਿਆਦਾ ਐਕਸਾਈਟਡ ਹਾਂ ਜੀ ਇਸ ਫਿਲਮ ਦੇ ਲਈ। ਕੈਰੀ ਓਨ ਜੱਟਾ ਲਈ ਕੌਣ ਨਹੀਂ ਐਕਸਾਈਟਡ ਜੀ? ਕੈਰੀ ਓਨ ਜੱਟਾ ਲਈ ਤਾਂ ਮੈਂ ਬਹੁਤ ਐਕਸਾਈਟਡ ਹਾਂ ਜੀ, ਜਿਨ੍ਹਾਂ ਨੇ ਬਣਾਈ ਆ ਫਿਲਮ ਅਸੀਂ ਵੀ ਬਹੁਤ ਐਕਸਾਈਟਡ ਹਾਂ। ਸਾਡੀ ਵੀ ਜ਼ਿੰਦਗੀ ਦੀ ਅਹਿਮ ਫਿਲਮ ਹੈ ਇਹ, ਹੁਣ ਤੱਕ ਜਿੰਨਾ ਰੋਟੀ ਪਾਣੀ ਦਿੱਤਾ ਸਾਡੀ ਟੀਮ ਨੂੰ ਸਾਰਾ ਕੈਰੀ ਓਨ ਜੱਟਾ ਨੇ ਦਿੱਤਾ ਵਾ। ਸੋ ਵੱਡੀ ਟੀਮ ਹੈ ਜੀ, ਇਕੱਠੇ ਹੋ ਕੇ ਆਏ ਹਾਂ, ਔਰ ਹਸਾ ਹਸਾ ਕੇ ਤੁਹਾਡੀਆਂ ਬੱਖੀਆਂ ਨਾਲ ਪੜਦੀਆਂ ਤੁਸੀਂ ਕਿਹੋ। ਸੋ ਫਿਲਮ ਇੰਨੀ ਘੈਂਟ ਬਣੀ ਆ ਵੀ ਐਂਡ ਹੀ ਹੋਇਆ ਪਿਆ ਵਾ, ਅਤੇ ਤੁਸੀਂ ਪਲੀਜ਼ ਗੋ ਐਂਡ ਵਾਚ ਔਨ 1 ਜੂਨ। ਭਾਅ ਜੀ ਰਿਪਲਾਈ ਤੋਂ ਦੇਣਾ ਪਊਗਾ, ਲਵ ਯੂ ਦੇਤਾ ਮਹਾਰਾਜ, CHR ਚਰਟ ਸ਼ਰਮਾ, ਨਾਂ ਬੜਾ ਔਖਾ ਵੀਰੇ ਤੁਹਾਡਾ, ਪਰ ਮੈਂ ਫਿਰ ਵੀ ਦਿੱਤਾ ਜੀ। ਦੇਖੋ ਗੁਰਵਿੰਦਰ ਸਿੰਘ ਖਹਿਰਾ ਜੀ, ਸੁਪਰ ਹਿੱਟ ਮੂਵੀ ਜਾਊ ਵੀਰੇ, ਥੈਂਕ ਯੂ ਜੀ ਮਹਾਰਾਜ। ਕੈਰੀ ਓਨ ਜੱਟਾ 2 ਆਲਵੇਜ਼ ਗੁੱਡ ਮੂਵੀ ਹੋਏਗੀ, ਥੈਂਕ ਯੂ ਜੀ ਕਮਲ ਜੀ। ਕਮਰ ਹਾਨਿਫ ਜੀ, ਲਵ ਫਰੋਮ ਪਾਕਿਸਤਾਨ, ਥੈਂਕ ਯੂ ਜੀ। ਮਨੀਸ਼ ਦਮੀਜਾ ਜੀ, ਸਰ 8 ਟਿਕਟਾਂ ਬੁੱਕ ਵਿਦ ਫੈਮਲੀ ਕੀਤੀ ਭਾਅ ਜੀ। ਮਨੀਸ਼ ਜੀ ਥੈਂਕ ਯੂ ਸੋ ਮੱਚ। ਗੁਰੂ ਜੀ ਦੁਬਈ ਵੀ ਲੱਗ ਰਹੀ ਹੈ ਜੀ ਮੂਵੀ, ਬਿਲਕੁਲ ਲੱਗ ਰਹੀ ਹੈ ਮਹਾਰਾਜ ਦੁਬਈ, ਤੁਸੀਂ ਅੱਜ ਹੀ ਚੈੱਕ ਕਰੋ, ਬਹੁਤ ਵੱਡੀ ਰਿਲੀਜ਼ ਹੋ ਰਹੀ ਹੈ ਦੁਬਈ ਦੇ ਵਿੱਚ ਫਿਲਮ, ਪੂਰੇ UAE ਦੇ ਵਿੱਚ ਅਸੀਂ ਗਾਹ ਪਾਇਆ ਵਾ, ਹਰ ਜਗ੍ਹਾ ਫਿਲਮ ਰਿਲੀਜ਼ ਹੋ ਰਹੀ ਆ। ਤੁਸੀਂ ਮੇਕ ਸ਼ੋਰ ਗੋ ਐਂਡ ਚੈੱਕ ਥੀਏਟਰਸ ਕਿ ਕਿਤੇ ਕਿਤੇ ਹੈਗੇ ਆ ਜੀ, ਠੀਕ ਹੈ ਜੀ, ਪਤਾ ਕਰ ਲਓ, ਹਰ ਜਗ੍ਹਾ 'ਤੇ ਫਿਲਮ ਲੱਗ ਰਹੀ ਆ। ਔਰ ਮੈਂ ਇੱਕ ਵਾਰੀ ਫਿਰ ਦੱਸਦਾ ਤੁਹਾਨੂੰ
ਕਿ ਇੰਡੀਆ ਦੇ ਵਿੱਚ ਐਡਵਾਂਸ ਟਿਕਟਾਂ ਜਿਹੜੀਆਂ ਪੰਜਾਬ 'ਚ ਵੀ ਓਪਨ ਹੋ ਚੁੱਕੀਆਂ ਨੇ। ਵੈਸੇ ਇੰਨੀ ਦਿਲਪ੍ਰੀਤ ਗਰੇਵਾਲ ਜੀ ਕਹਿੰਦੇ ਆਪਾਂ 6 ਟਿਕਟਾਂ ਕਲੈਕਟ ਕਰ ਲਈਆਂ ਜੀ, ਕਿਆ ਬਾਤ ਹੈ ਜੀ, ਥੈਂਕ ਯੂ ਵੀਰੇ, ਥੈਂਕ ਯੂ। ਫਿਲਮ ਵੀਰੇ ਸੁਪਰਹਿੱਟ ਜਾਊਗੀ। ਤੁਸੀਂ ਬਾਈ ਮੈਨੂੰ ਸਨੈਪਸ਼ੋਟ ਵੀ ਭੇਜੋ ਸਾਰੇ ਜਾਣੇ, ਅਤੇ ਤੁਹਾਡੇ ਸ਼ੇਅਰ ਕਰਾਂਗੇ ਜਿਨ੍ਹਾਂ ਜਿਨ੍ਹਾਂ ਨੇ ਟਿਕਟਾਂ ਦੇ ਨਾਲ ਆਪਣੇ ਵੀ, ਮਤਲਬ ਇਕੱਲੀਆਂ ਟਿਕਟਾਂ ਦੇ ਨਹੀਂ, ਅਤੇ ਤੁਹਾਡੀ ਆਪ ਦੇ ਨਾਲ ਫੋਟੋ ਖਿੱਚ ਕੇ ਫੜ ਕੇ ਉਹਨਾਂ ਨੂੰ ਸਾਨੂੰ ਜ਼ਰੂਰ ਭੇਜੋ। ਅਤੇ ਦੂਸਰਾ ਮੈਂ ਕਹਿ ਰਿਹਾ ਸੀਗਾ ਕਿ ਜਿਨ੍ਹਾਂ ਨੇ ਨਹੀਂ ਲਈਆਂ ਉਹ ਪਲੀਜ਼ ਹੁਣੇ ਜਾ ਕੇ ਟਿਕਟਾਂ ਬੁੱਕ ਮਾਈ ਸ਼ੋ ਦੇ ਉੱਤੇ, ਬੁੱਕ ਮਾਈ ਸ਼ੋ ਦੇ ਉੱਤੇ ਤੁਹਾਨੂੰ ਲੱਭ ਜਾਣੀਆਂ ਨੇ ਟਿਕਟਾਂ, ਸਾਰੇ ਕਿਤੇ ਹੈਗੀਆਂ ਨੇ, ਚੱਕ ਦਿਓ ਫਟੇ, ਨੇਰੀਆਂ ਠਾਲ ਦਿਓ। ਮਾਈ ਫਸਟ ਮੂਵੀਜ਼ ਕੈਰੀ ਔਨ ਜੱਟਾ ਆਫਟਰ ਆਈ ਵਾਚ ਆਲ ਪੰਜਾਬੀ ਮੂਵੀਜ਼, ਅਹਿਸਾਨ ਲਾਏ ਜੀ, ਥੈਂਕ ਯੂ ਵੀਰੇ, ਥੈਂਕ ਯੂ ਸੋ ਮੱਚ। ਬਿੱਟੂ ਕੁਮਾਰ ਜੀ ਕਹਿੰਦਾ 10 ਟਿਕਟਸ ਬੁੱਕ ਫੋਰ ਫੈਮਿਲੀ, ਕਿਆ ਬਾਤ ਹੈ, ਲੋਕਾਂ ਨੇ ਗਾਹ ਪਤਾ। ਇੰਨੀ ਦੇਰ ਪਹਿਲਾਂ ਕਦੇ ਵੀ ਟਿਕਟਾਂ ਐਡਵਾਂਸ ਓਪਨ ਨਹੀਂ ਹੋਈਆਂ ਜੀ ਕਿਸੇ ਪੰਜਾਬੀ ਫਿਲਮ ਦੀਆਂ। ਸੋ ਥੀਏਟਰ ਵਾਲਿਆਂ ਨੇ ਸਾਨੂੰ ਵੀ ਪ੍ਰੈਸ਼ਰ ਕੀਤਾ ਕਿ ਫਿਲਮ ਦਾ ਬਹੁਤ ਰਾਮ ਰੌਲਾ ਵਾ ਅਤੇ ਸਾਰੇ ਪਾਸੇ ਰੌਲਾ ਰੱਪਾ ਪਿਆ ਹੋਇਆ ਵਾ ਜੀ, ਕਹਿੰਦੇ ਵੀ ਜ਼ਰੂਰ ਟਿਕਟਾਂ ਪਹਿਲਾਂ ਖੋਲ੍ਹ ਦਿਉ ਕਿਉਂਕਿ ਨੇੜੇ ਜਾ ਕੇ ਬਹੁਤ ਹਫੜਾ ਦਫੜੀ ਮੱਚ ਜੂਗੀ, ਉਸ ਅਕੋਰਡਿੰਗ ਸ਼ੋਅਜ਼ ਵੀ ਜ਼ਿਆਦਾ ਅੱਪ ਹੋ ਜਾਣਗੇ ਜਿਵੇਂ ਜਿਵੇਂ ਟਿਕਟਾਂ ਦੀ ਸੇਲ ਹੁੰਦੀ ਆ। ਸੋ ਤਾਂ ਕਰਕੇ ਅਸੀਂ ਇੰਨੀ ਜਲਦੀ ਟਿਕਟਾਂ ਖੋਲ੍ਹ ਦਿੱਤੀਆਂ ਕਿਉਂਕਿ ਹਰ ਵਾਰੀ ਮੈਨੂੰ ਇਹੀ ਅਲਾਂਬਾ ਮਿਲਦਾ ਸੀ, ਭਾਅ ਜੀ ਤੁਸੀਂ ਟਿਕਟਾਂ ਨਹੀਂ ਖੋਲ੍ਹ ਰਹੇ, ਟਿਕਟਾਂ ਨਹੀਂ ਖੋਲ੍ਹ ਰਹੇ। ਸੋ ਹੁਣ ਬੈਂਗ ਔਨ ਤਰੀਕੇ ਨਾਲ ਆਪਾਂ ਟਿਕਟਾਂ ਖੋਲ੍ਹ ਦਿੱਤੀਆਂ ਨੇ ਜੀ, ਗੋ ਐਂਡ ਚੈੱਕ ਅਤੇ ਗਾਹ ਪਾ ਦਿਓ, ਹਨੇਰੀ ਠਾਲ ਦਿਓ। ਭਾਅ ਜੀ ਪਾਕਿਸਤਾਨ ਮੇ ਮੂਵੀਜ਼ ਕਿਉਂ ਨਹੀਂ ਚਲਤੀ ਪੰਜਾਬੀ, ਬਾਕੀ ਸਭ ਮੂਵੀਜ਼ ਚਲਤੀਆਂ। ਨਹੀਂ ਵੀਰੇ, ਉਸਮਾਨ ਅਹਿਮਦ ਜੀ ਪਲੀਜ਼ ਗੋ ਐਂਡ ਚੈੱਕ, ਇਹ ਫਿਲਮ ਰਿਲੀਜ਼ ਹੋ ਰਹੀ ਹੈ ਜੀ, ਵੱਡੇ ਪੱਧਰ 'ਤੇ ਰਿਲੀਜ਼ ਹੋ ਰਹੀ ਹੈ, ਔਰ ਤੁਸੀਂ ਜਾਓ ਅਤੇ ਜਾ ਕੇ ਟਿਕਟਾਂ ਬੁੱਕ ਕਰਾਓ ਆਪਣੀਆਂ, ਐਤਕੀ ਦੇਖੋ, ਹੱਸ ਹੱਸ ਇੰਜੋਏ ਕਰੋ। ਹਰਵਿੰਦਰ ਸਿੰਘ ਜੀ ਕਹਿੰਦੇ 20 ਟਿਕਟਾਂ ਫੋਰ ਮਾਈ ਫੈਮਿਲੀ, ਵੱਡੀ ਫੈਮਿਲੀ ਦੇ ਨਾਲ ਜਾ ਰਹੇ ਹਾਂ ਜੀ। ਸੰਦੀਪ ਜੀ ਕਹਿੰਦੇ 11 ਟਿਕਟਾਂ ਬੁੱਕ, ਕਿਆ ਬਾਤ ਹੈ ਜੀ। ਵਿਰਾਟ ਜੀ 24 ਟਿਕਟਾਂ ਬੁੱਕ ਵਿਦ ਮਾਈ ਫਰੈਂਡਸ, ਵਾਹ ਜੀ ਵਾਹ। ਆਹ ਚਰਨਜੀਤ ਬਾਈ ਕਹਿੰਦਾ 20 ਟਿਕਟਾਂ ਬੁੱਕ ਕੀਤੀਆਂ ਬਾਈ, ਪੰਜਾਬੀ 'ਚ ਲਿਖ ਕੇ ਭੇਜਿਆ ਵੀਰੇ ਨੇ, ਕਿਆ ਬਾਤ ਹੈ ਜੀ। ਟੀਮਸ ਵਿਰਦੀ ਜੀ ਆਲਰੇਡੀ 5 ਟਿਕਟ ਬੁੱਕਸ, ਮਾਈ ਮਦਰ ਐਟ ਦ ਏਜ ਆਫ 75 ਇਜ਼ ਇੰਟਰਸਟਡ ਟੂ ਸੀ ਕੈਰੀ ਔਨ ਜੱਟਾ 2, ਸ਼ੀ ਲਾਈਕ ਦ ਅਰਲੀਅਰ ਵਰਜ਼ਨ, ਕਿਆ ਬਾਤ ਹੈ। ਵਿਰਦੀ ਸਾਹਿਬ ਤੁਸੀਂ ਇਹ ਵਰਜ਼ਨ ਵੀ ਬਹੁਤ ਪਸੰਦ ਕਰੋਗੇ, ਬੜੀ ਘੈਂਟ ਫਿਲਮ ਬਣੀ ਆ, ਔਰ ਮੈਂ ਵਾਅਦਾ ਕਰਦਾ ਤੁਹਾਡੇ ਨਾਲ ਕਿ ਤੁਸੀਂ ਹੱਸ ਹੱਸ ਦੂਰੇ ਨਾ ਹੋਏ ਤਾਂ ਮੈਨੂੰ ਫੜ ਲਿਓ ਆਗੇ ਮਹਾਰਾਜ। ਅਲਟੀਮੇਟ ਫਨ ਕੈਰੀ ਔਨ ਜੱਟਾ, ਰਿਸ਼ੀ ਜੀ ਥੈਂਕ ਯੂ ਜੀ। ਅਮਨ ਪੌਲ ਜੀ ਲਵ ਯੂ ਵੀਰੇ, ਫੁੱਲ ਸਪੋਰਟ। ਰਾਣਾ ਫੈਜ਼ਲ ਜੀ ਟਿਕਟਾਂ ਬੁੱਕ, ਚਰਨਜੀਤ ਜੀ 20 ਟਿਕਟਾਂ ਬੁੱਕ, ਸੋ ਕਿਆ ਬਾਤ ਹੈ ਜੀ। ਸੋ ਕੱਲ੍ਹ ਮੈਨੂੰ ਆਈਡੀਆ ਹੋ ਗਿਆ ਸੀਗਾ ਜੀ, ਜਿਸ ਹਿਸਾਬ ਨਾਲ ਜਦੋਂ ਟਿਕਟਾਂ ਵਾਲੇ ਖੁੱਲੀਆਂ ਹੀ ਸੀ, ਸਭ ਤੋਂ ਪਹਿਲਾਂ ਜਲੰਧਰ ਦੀਆਂ ਟਿਕਟਾਂ ਖੁੱਲੀਆਂ ਸੀ ਅਤੇ ਜਲੰਧਰ ਦਾ ਸੋਲਡ ਆਊਟ ਆਉਣ ਲੱਗ ਗਿਆ ਸੀਗਾ, ਕੜਕ ਕੜਕ ਚੀਜ਼ਾਂ ਆਉਣ ਲੱਗ ਗਈਆਂ ਸੀ, ਅਤੇ ਐਨ ਸੀ ਐੱਮ 'ਚ ਸਟਾਰਟ ਨਹੀਂ ਹੋਈ ਬੁਕਿੰਗ, ਅੱਜ ਹੋ ਜਾਏਗੀ ਵੀਰੇ। ਵਿਸ਼ਾਲ ਜੀ ਪੁੱਛ ਰਹੇ ਨੇ, ਹਾਂ ਮੁਹਾਲੀ ਦੇ ਵਿੱਚ, ਮੁਹਾਲੀ ਵਾਲੀ ਕੱਲ੍ਹ ਨਹੀਂ ਸੀ ਹੋਈ, ਉਹ 'ਚ ਕੋਈ ਪਤਾ ਨਹੀਂ ਕੀ ਪ੍ਰੋਬਲਮ ਸੀਗੀ, ਅੱਜ ਹੋ ਜੂਗੀ। ਚੰਡੀਗੜ੍ਹ ਹੋ ਚੁੱਕਿਆ ਜੀ, ਅਲਾਂਟੇ ਮੋਲ ਐਂਡ ਆਲ ਸਾਰੇ ਕਿਤੇ, ਲੁਧਿਆਣਾ ਹੋ ਚੁੱਕਿਆ, ਅੰਮ੍ਰਿਤਸਰ ਹੋ ਚੁੱਕਿਆ, ਸਭ ਜਗ੍ਹਾ ਦੇ ਉੱਤੇ। ਸਾਹਿਲ ਜੀ ਲਵਾਣਾ ਜੀ ਕਿਆ ਬਾਤ ਹੈ, ਕਹਿੰਦਾ ਬੁੱਕ ਨੇ ਜੀ ਟਿਕਟਾਂ ਭਾਅ ਜੀ ਫੈਮਿਲੀ ਨਾਲ, 15 ਟਿਕਟਾਂ ਬੁੱਕ, ਜ਼ਰੂਰ ਜੀ ਮੈਨੂੰ ਪਤਾ, ਵੀਰੇ ਨੇ ਫੋਟੋ ਵੀ ਮੇਰੀ ਲਾਈ ਹੋਈ ਆ, ਜ਼ਰੂਰ ਕਰਾਈਆਂ ਹੋਣਗੀਆਂ। ਭਾਅ ਜੀ ਪਾਕਿਸਤਾਨ ਤੋਂ ਹਮੇ ਤੋਂ ਟਿਕਟੇ ਮਿਲ ਨਹੀਂ ਸਕਤੀ ਹੈ, ਇੰਡੀਆ ਮੈਂ ਮੂਵੀ ਦੇਖਣੀ ਕੈਸੇ। ਸੋਇਬ ਜੀ ਪਾਕਿਸਤਾਨ ਦੇ ਵਿੱਚ ਫਿਲਮ ਰਿਲੀਜ਼ ਹੋ ਰਹੀ ਆ ਵੀਰੇ, ਮੈਂ ਫਿਰ ਇੱਕ ਵਾਰੀ ਕਹਿੰਦਾ ਕਿ ਤੁਸੀਂ ਇਹ ਮੇਰਾ ਜਿਹੜਾ ਲਾਈਵ ਮੈਂ ਪਾ ਰਿਹਾ ਇਹਨੂੰ ਪਲੀਜ਼ ਵੱਧ ਤੋਂ ਵੱਧ ਸ਼ੇਅਰ ਕਰਿਓ, ਤਾਂ ਕਿ ਸਭ ਨੂੰ ਪਤਾ ਲੱਗ ਜਾਏ, ਇੱਕ ਤਾਂ ਕਿ ਆਪਣੀਆਂ ਟਿਕਟਾਂ ਓਪਨ ਹੋ ਗਈਆਂ, ਦੂਸਰਾ ਇਹ ਫਿਲਮ ਪਾਕਿਸਤਾਨ ਦੇ ਵਿੱਚ ਦੁਬਈ ਦੇ ਵਿੱਚ ਹਰ ਜਗ੍ਹਾ ਦੇ ਉੱਤੇ ਲੱਗ ਰਹੀ ਆ, ਮੈਂ ਕਈ ਵਾਰੀ ਪਹਿਲਾਂ ਵੀ ਕਿਹਾ ਅਤੇ ਹੁਣ ਵੀ ਕਹਿ ਰਿਹਾ। ਸੋ ਪਾਕਿਸਤਾਨ 'ਚ ਵੱਡੀ ਰਿਲੀਜ਼ ਹੋ ਰਹੀ ਹੈ ਜੀ ਫਿਲਮ, ਮੇਕ ਸ਼ੋਰ ਤੁਸੀਂ ਟਿਕਟਾਂ ਜਾ ਕੇ ਲਓ, ਕਿਉਂਕਿ ਤੁਸੀਂ ਇੱਥੇ ਕਹਿੰਦੇ ਰਹਿੰਦੇ ਹੋ ਕਿ ਭਾਅ ਜੀ ਫਿਲਮ ਨਹੀਂ ਲਾਉਂਦੇ, ਫਿਲਮ ਨਹੀਂ ਲਾਉਂਦੇ, ਔਰ ਇਹ ਨਾ ਹੋਵੇ ਕਿ ਤੁਹਾਨੂੰ ਪਤਾ ਹੀ ਨਾ ਲੱਗੇ, ਹੈ ਨਾ। ਪਲੀਜ਼ ਸ਼ੋਰ, ਵੀ ਆਰ ਫਰੋਮ ਜਰਮਨੀ ਭਾਅ ਜੀ, ਵੀ ਹੈਵ ਬੁੱਕ 4 ਟਿਕਟਸ ਓਵਰ ਹੇਅਰ, ਕਿਆ ਬਾਤ ਹੈ ਜੀ ਜਰਮਨੀ ਵਾਲਿਓ, ਥੈਂਕ ਯੂ ਸੋ ਮੱਚ। ਬਾਈ ਮੰਜੇ ਬਿਸਤਰੇ ਵਾਲੇ ਪੂਰੀ ਹਨੇਰੀ ਲਿਆਤੀ ਸੀ, ਉਮੀਦ ਆ ਕੈਰੀ ਔਨ ਜੱਟਾ ਵੀ ਧੂੜਾਂ ਪੜ ਦਿਉ, ਜ਼ਰੂਰ ਵੀਰੇ, ਥੈਂਕ ਯੂ ਸੋ ਮੱਚ, ਅਤੇ ਤੁਹਾਡੇ ਪਿਆਰ ਨਾਲ ਹੀ ਆ। ਔਰ ਇਹ ਚੰਡੀਗੜ੍ਹ ਹੋ ਜੂ ਵੀਰੇ, ਅਲਾਂਟੇ ਮੋਲ 'ਚ ਜਾਓ ਜੀ ਮਹਾਰਾਜ, ਹੁਣੇ ਹੀ ਬੁੱਕ ਕਰਾਓ ਹੁਣੇ ਹੀ। ਗੱਗੀ ਜੀ ਲੁਧਿਆਣੇ ਤੋਂ ਟਿਕਟਾਂ ਬੁੱਕ ਨੇ ਜੀ ਆਲਰੇਡੀ, ਸਨੀ ਚਾਵੜਾ ਜੀ ਟਿਕਟਾਂ ਬੁੱਕ, MBD PVR ਜਲੰਧਰ 23 ਟਿਕਟਾਂ, ਹਾਂ ਜੀ ਮੈਂ ਕੱਲ੍ਹ ਹੀ ਦੇਖਿਆ ਸੀ PVR MBD ਵਾਲੇ ਦੇ ਵਿੱਚ ਹੀ ਟਿਕਟਾਂ ਦਾ ਬਹੁਤ ਗਾਹ ਪਿਆ, ਕਿਉਂਕਿ ਸਭ ਤੋਂ ਪਹਿਲਾਂ ਉਹ ਖੁੱਲਿਆ ਸੀਗਾ, ਉੱਤੇ ਬਹੁਤ ਗਾਹ ਪਿਆ, ਅਤੇ ਚੱਕ ਦਿਓ ਜੀ ਠਾਲ ਦਿਓ ਹਨੇਰੀਆਂ। ਮੇਰਾ ਤਾਂ ਪਹਿਲੀ ਫਿਲਮ ਹੋਊਗੀ ਜਿਹੜੀ ਤੁਸੀਂ ਪਹਿਲਾਂ ਹੀ 2-3 ਦਿਨ ਪਹਿਲਾਂ ਹੀ ਸਾਰਾ ਫਰਾਈਡੇ ਸੋਲਡ ਆਊਟ ਕਰ ਦੇਣਾ ਵਾ,
ਔਰ ਚੱਕ ਦਿਓ ਬਾਬੇ ਦੀ ਮਿਹਰ ਨਾਲ, ਹਨੇਰੀ ਠਾਲ ਦਿਓ, ਐਤਕੀ ਰਿਕਾਰਡ ਬਣਾਉਣੇ ਨੇ ਵੱਡੇ, ਅਤੇ ਪਤਾ ਲੱਗੇ ਬੰਬੇ ਵਾਲਿਆਂ ਨੂੰ ਵੀ ਪੰਜਾਬੀ ਫਿਲਮਾਂ ਦਾ ਹਲਚਲ ਮਾਹੌਲ ਕੀ ਹੁੰਦਾ ਵਾ। ਥੈਂਕ ਯੂ ਜੀ, ਥੈਂਕ ਯੂ ਵੀਰੇ, ਲਵ ਯੂ ਆਲ। ਸਾਡਾ ਵੀ ਨਾਮ ਲੈ ਦਿਓ ਕਰਨ ਰਾਏ ਜੀ, ਜ਼ਰੂਰ ਮਹਾਰਾਜ, ਹੁਸ਼ਿਆਰਪੁਰ ਵਾਲੇ। ਉਹ ਕਿੱਦਾਂ ਹਾਲ ਚਾਲ ਨੇ ਜੀ? ਰਾਣਾ ਜੀ, ਗੁਰਮਿੰਦਰ ਸਿੰਘ ਖਹਿਰਾ, ਵਿੱਕੀ ਦੀਪ, ਲਵ ਯੂ, ਥੈਂਕ ਯੂ ਜੀ। ਜਿੱਥੇ ਚੱਲੇਗਾ ਚੱਲੂੰਗੀ ਨਾਲ ਤੇਰੇ। ਵੀ ਟਿਕਟਾਂ ਦੋ ਲੈ ਲਈ, ਦੋ ਟਿਕਟਾਂ ਨਾਲ ਕੀ ਗੱਲ ਬਣੀ ਆ ਬਾਈ? ਟਿਕਟਾਂ ਦੀ ਠਾੜ ਦਿਓ ਹਨੇਰੀ, ਫਸਟ ਡੇ ਸ਼ੋਅ ਇਨ ਐਡਮਿੰਟਨ ਵੀਰਾ ਕਹਿੰਦਾ। ਥੈਂਕ ਯੂ ਬਾਈ ਜੀ, ਬੋਪਰ ਰਾਏ ਸਾਹਿਬ, ਥੈਂਕ ਯੂ ਸੋ ਮੱਚ, ਅਤੇ ਕਿਪੀ ਬਾਈ, ਲਵ ਯੂ ਸਰ। 6 ਟਿਕਟਾਂ ਵਿਦ ਬੁੱਕ ਵਿਦ ਮਾਈ ਫੈਮਿਲੀ ਸਰ, ਫੁੱਲ ਸਪੋਰਟ ਆ ਜੀ ਤੁਹਾਨੂੰ। ਸੁੱਖ ਸਿਮਰਤ, ਸਿਮਰਤਪਾਲ ਸਿੰਘ ਜੀ, ਥੈਂਕ ਯੂ ਵੀਰੇ। ਹਰਮਨ ਚੀਨਾ ਜੀ ਕਹਿੰਦਾ ਸਾਡੀਆਂ ਵੀ 7 ਟਿਕਟਾਂ ਬੁੱਕ ਨੇ ਜੀ, ਫੁੱਲ ਸਪੋਰਟ। ਸੋ ਮੈਂ ਇੱਕ ਵਾਰੀ ਫਿਰ ਦੱਸਦਾ ਜੀ, ਆਪਾਂ ਅਲਾਂਟੇ 'ਚ ਸਟਾਰਟ ਹੋ ਗਈ ਵੀਰੇ। ਹਾਂਜੀ, ਅਲਾਂਟੇ ਬਿਲਕੁਲ ਸਟਾਰਟ ਹੋ ਗਈ ਜੀ, ਸਾਰੇ ਕਿਤੇ। ਰਾਣਾ ਬਖਸ਼ ਕਹਿੰਦੇ ਟਿਕਟਾਂ ਬੁੱਕ ਨੇ ਜੀ, ਮੀਤ ਜੀ ਕਹਿੰਦੇ ਟਿਕਟਾਂ ਬੁੱਕ ਨੇ ਜੀ, ਪਵਿਲੀਅਨ ਮੋਲ ਲੁਧਿਆਣਾ, ਕਿਆ ਬਾਤ ਹੈ ਮੀਤ ਦੁਗਲ ਜੀ, ਥੈਂਕ ਯੂ। ਜਿਨ੍ਹਾਂ ਨੇ ਟਿਕਟਾਂ ਨਹੀਂ ਬੁੱਕ ਰਹੀਆਂ, ਟਿਕਟਾਂ ਤੁਸੀਂ ਬੁੱਕ ਕਰਾ ਸਕਦੇ ਹੋ, ਔਨਲਾਈਨ ਬੁੱਕ ਮਾਈ ਸ਼ੋਅ ਦੇ ਉੱਤੇ ਜਾ ਕੇ ਟਿਕਟਾਂ ਮਿਲਣ ਲੱਗ ਗਈਆਂ, ਸਾਰੇ ਵਰਲਡ ਵਾਈਡ ਵੀ ਓਪਨ ਹੋ ਗਈਆਂ। ਆਸਟ੍ਰੇਲੀਆ ਤਾਂ ਓਪਨ ਹੋ ਗਈਆਂ ਸੀ, ਮੈਨੂੰ ਸਵੇਰੇ ਸਵੇਰੇ ਆ ਗਿਆ ਸੀਗਾ। ਰਜੀਨਾ 'ਚ ਬਿਲਕੁਲ ਲੱਗੂਗੀ ਵੀਰੇ। ਜਿੰਨੇ ਕੈਨੇਡਾ ਵਾਲੇ ਬੈਠੇ ਹੋ, ਮੈਂ ਤੁਹਾਨੂੰ ਦੱਸਾਂ ਕਿ ਛੋਟੇ ਛੋਟੇ ਸ਼ਹਿਰਾਂ ਦੇ ਵਿੱਚ ਆ, ਵਿਨੀਪੈਗ ਵਾਲੇ ਵੀਰੇ ਆ ਗਏ, ਕਸੀ ਕੈਰੀਓਨ ਜੱਟਾ ਟੂਲੇ ਪੁੱਛਦੇ ਆ ਅਮੈਰੀਕਾ ਦੀ ਲਿਸਟ। ਸਭ ਤੋਂ ਵਾਈਡ ਰਿਲੀਜ਼ ਆ, ਹੁਣ ਤੱਕ ਦੀ ਸਭ ਤੋਂ ਵੱਡੀ ਰਿਲੀਜ਼ ਆ, 70 ਤੋਂ ਉੱਪਰ ਪ੍ਰਿੰਟ ਲੱਗ ਰਹੇ ਨੇ ਜੀ, ਇਕੱਲੇ ਨੌਰਥ ਅਮੈਰੀਕਾ ਦੇ ਵਿੱਚ। ਔਰ ਗਾਹ ਪੈ ਜਾਣਾ, ਕਨੇਡਾ ਦੇ ਵਿੱਚ ਹਰ ਟਾਊਨ ਦੇ ਵਿੱਚ ਫਿਲਮ ਹੈ ਜੀ, ਹਰ ਟਾਊਨ ਦੇ ਵਿੱਚ ਆ। ਤੁਹਾਨੂੰ ਇਹ ਨਹੀਂ ਆ ਕਿ ਦੇਖਣ ਦੇ ਲਈ ਕਿਤੇ ਬਹੁਤ ਦੂਰ ਜਾਣਾ ਪਊਗਾ, ਹਰ ਟਾਊਨ ਦੇ ਵਿੱਚ ਫਿਲਮ ਲੱਗ ਰਹੀ ਹੈ। ਅਤੇ ਮੇਕ ਸ਼ੋਰ ਤੁਸੀਂ ਟਿਕਟਾਂ ਬੁੱਕ ਕਰਾ ਲਓ। ਔਰ ਫਿਰ ਮੈਂ ਇੱਕ ਵਾਰੀ ਕਹਿ ਦੇਵਾਂ ਕਿ ਪਾਕਿਸਤਾਨ ਵਾਲੇ, ਦੁਬਈ ਵਾਲੇ, ਹਰ ਜਗ੍ਹਾ ਦੇ ਉੱਤੇ ਉੱਥੇ ਫਿਲਮ ਰਿਲੀਜ਼ ਹੋ ਰਹੀ ਆ ਵੱਡੇ ਤਰੀਕੇ ਨਾਲ। ਮੇਕ ਸ਼ੋਰ ਤੁਸੀਂ ਫਿਲਮ ਦੇਖੋ, ਟਿਕਟਾਂ ਬੁੱਕ ਕਰਾਓ। ਔਰ ਪੰਜਾਬ ਵਾਲਿਓ, ਟਿਕਟਾਂ ਦੀ ਧੂੜ ਪੱਟ ਦਿਓ, ਚੱਕ ਦਿਓ ਫੱਟੇ, ਟਿਕਟਾਂ ਦਗੜ ਦਗੜ ਕਰ ਦਿਓ ਟਿਕਟਾਂ ਦੀ। ਬਹੁਤ ਬਹੁਤ ਸ਼ੁਭਕਾਮਨਾਏ ਜੀ, ਥੈਂਕ ਯੂ ਵੀਰੇ, ਟੈਨਸ਼ਨ ਨਾ ਲਿਓ ਬਾਈ, ਚੱਕ ਦੇਵਾਂਗੇ ਫੱਟੇ। ਹੈਰੀ ਚਾਲ ਜੀ ਕਹਿੰਦੇ ਥੈਂਕ ਯੂ ਮਹਾਰਾਜ। ਗ੍ਰੀਸ ਦੀਆਂ ਤਾਂ ਟਿਕਟਾਂ ਓਪਨ ਨਹੀਂ ਵੀਰੇ, ਗ੍ਰੀਸ ਵੀਰੇ ਮੈਨੂੰ ਹੁਣ ਪਤਾ ਨਹੀਂ ਫਿਲਮ ਦਾ, ਵੈਸੇ ਯੂਰਪ ਦੇ ਵਿੱਚ ਲੱਗ ਰਹੀ ਆ ਫਿਲਮ ਸਾਰੇ ਕਿਤੇ। ਕੈਨੇਡਾ ਲਿਸਟਿੰਗ ਕਮਿੰਗ ਵੈਰੀ ਸੂਨ। ਇੰਦਰਜੀਤ ਧੰਜੂ ਜੀ ਨੇ ਮਾਰਿਆ, ਫਸਟ ਟਾਈਮ ਇਨ ਨੋਵਾ ਸਕੋਸ਼ੀਆ। ਧੰਜੂ ਸਾਹਿਬ ਅਪਡੇਟ ਕਰੋ ਜੀ, ਕੈਨੇਡਾ ਦੀ ਲਿਸਟ ਜ਼ਰੂਰੀ। ਇੰਦਰਜੀਤ ਧੰਜੂ ਸਾਡਾ ਵੀਰ ਕੈਨੇਡਾ ਫਿਲਮ ਪ੍ਰਮੋਟ ਕਰਦਾ ਬੈਂਗ ਔਨ ਤਰੀਕੇ ਨਾਲ, ਔਰ ਸਭ ਤੋਂ ਵੱਡੀ ਰਿਲੀਜ਼ ਆ ਜੀ। ਧੰਜੂ ਸਾਹਿਬ ਸਭ ਨੂੰ ਦੱਸੋ, ਔਰ ਘੈਂਟ ਤਰੀਕੇ ਨਾਲ ਫਿਲਮ ਪ੍ਰਮੋਟ ਹੋ ਰਹੀ ਆ ਉੱਥੇ, ਔਰ ਹਰ ਟਾਊਨ ਦੀ ਲਿਸਟ ਤੁਹਾਨੂੰ ਧੰਜੂ ਸਾਹਿਬ ਦੇਣਗੇ। ਵਾਈਟ ਹਿੱਲ ਪ੍ਰੋਡਕਸ਼ਨਜ਼, ਵਾਈਟ ਹਿੱਲ ਵਾਲੇ ਉੱਥੇ ਗਾਹ ਪਾਉਣਗੇ ਜੀ। ਵਾਸ਼ਿੰਗਟਨ ਡੀਸੀ ਲੱਗੀ ਲੱਗਣੀ ਨਹੀਂ ਵੀਰੇ, ਕਿਉਂ ਨਹੀਂ ਲੱਗਣੀ ਮੇਰੀ? ਲੱਗੀ ਆ ਨਾ ਵੀਰੇ, ਅੱਛਾ ਇਹ ਪੁੱਛਿਆ ਹਿਤੇਸ਼ ਅਰੋੜਾ ਜੀ, ਮੈਂ ਕਿਹਾ ਕਿਵੇਂ ਨਹੀਂ ਲੱਗੀ ਵੀਰੇ? ਜ਼ਰੂਰ ਲੱਗੀ ਆ, ਇਹ ਤਾਂ ਉਹੀ ਗੱਲ ਹੋ ਗਈ ਪੁਰਾਣੀ ਕੈਰੀਓਨ ਜਟਾ ਸੀਗਾ, ਕਹਿੰਦਾ ਮੈਂ ਡਰਦਾ ਹੈ, ਕਹਿੰਦਾ ਆਹ ਕੀਤੀ ਨਾ ਘੈਂਟ ਗੱਲ, ਕਹਿੰਦਾ ਨਹੀਂ ਮੈਂ ਕਹਿ ਰਿਹਾ ਮੈਂ ਡਰਦਾ ਹੈ। ਸੋ ਲੱਗਣੀ ਵਾਲੀ ਗੱਲ ਸੇਮ ਹੋ ਗਈ ਸੀ, ਐਂਡ ਮੂਵੀ ਹੋ ਵੀਰੇ। ਥੈਂਕ ਯੂ ਜੀ, ਥੈਂਕ ਯੂ ਸੋ ਮੱਚ। ਫਲਾਣੀ ਜਗ੍ਹਾ ਟਿਕਟਾਂ, ਟਿਕਾਣੀ ਜਗ੍ਹਾ ਸਭ ਚੱਕਦੀਆਂ ਜੀ ਫੱਟੇ। ਸੋ ਥੈਂਕ ਯੂ ਜੀ, ਮੈਂ ਹੁਣ ਰੱਖਦਾ ਵਾਂ, ਅਰਲੀ ਮੋਰਨਿੰਗ ਹੋ ਗਿਆ, ਅਸੀਂ ਉੱਠ ਕੇ ਅੱਜ ਚੱਲੇ ਸੀ ਦਿੱਲੀ ਫਿਲਮ ਪ੍ਰਮੋਟ ਕਰਨ ਦੇ ਲਈ ਰੇਡੀਓ ਸਟੇਸ਼ਨਾਂ ਦੇ ਉੱਤੇ, ਅਤੇ ਸਿੱਧੇ ਇਸ ਤੋਂ ਬਾਅਦ ਆਵਾਂਗੇ ਪੰਜਾਬ। ਸੋ ਕੱਲ੍ਹ ਨੂੰ ਪੰਜਾਬ ਆ ਜੀ, ਅਤੇ ਪਰਸੋਂ ਨੂੰ ਫਿਰ ਆ ਜਾਣੀਆਂ ਸਕਰੀਨਿੰਗ, ਅਤੇ ਉਸ ਤੋਂ ਬਾਅਦ 1 ਜੂਨ ਨੂੰ ਫਿਲਮ ਤੁਹਾਡੇ ਕੋਲ ਪਹੁੰਚ ਜਾਣੀਆਂ। ਨਿਊਜ਼ੀਲੈਂਡ 'ਚ ਨਹੀਂ ਮਿਲ ਰਹੀਆਂ ਵੀਰੇ, ਕਹਿੰਦਾ ਵੀਰੇ ਨਹੀਂ ਮਿਲ ਰਹੀਆਂ ਤਾਂ ਹੁਣੇ ਕਿਤੇ ਮਿਲ ਜਾਣਗੀਆਂ, ਕੋਈ ਬਾਹਲਾ ਟੈਨਸ਼ਨ ਵਾਲੀ ਨਹੀਂ। ਰਮਨ ਜੀ ਕਹਿੰਦੇ ਜੀ ਬੀਨੂ ਢਿੱਲੋਂ ਨੂੰ ਲਵ ਯੂ ਕਹਿ ਦਿਓ, ਜ਼ਰੂਰ ਕਹਿ ਦਿਆਂਗੇ ਜੀ, ਜੱਫੀ ਪਾ ਕੇ ਕਹਿ ਦਿਆਂਗੇ। ਹੋਰ ਦੱਸੋ, ਹੁਕਮ ਕਰੋ, ਸੀ ਚੱਕ ਦਿਆਂਗੇ ਫੱਟੇ। ਯਾਰ ਨਵੇਦ ਜੀ, ਤੁਸੀਂ ਮੇਰਾ ਪੂਰਾ ਸੁਣਿਆ ਨਹੀਂ, ਵਿੱਚ ਵਿਚਾਲਿਓ ਆ ਕੇ ਤੁਸੀਂ ਕਹਿੰਦੇ ਬਾਈ ਪਾਕਿਸਤਾਨ ਵਿੱਚ ਵੀ ਲੱਗੂਗੀ, ਪਾਕਿਸਤਾਨ ਦਾ ਇੰਨਾ ਤਾਂ ਮੈਂ ਰੌਲਾ ਪਾਤਾ ਕਿ ਲੱਗੂਗੀ ਘੈਂਟ ਤਰੀਕੇ ਨਾਲ। ਨੌਮਰ ਅਸ਼ਰਫ ਜੀ, ਲਵ ਫਰੋਮ ਪਾਕਿਸਤਾਨ, ਥੈਂਕ ਯੂ ਸੋ ਮੱਚ ਭਾਅ ਜੀ। ਸਲਾਮ ਸਲਾਮ ਜੀ। ਆਹ ਟੋਪੀ ਮੇਰੀ ਆਪਣੀ ਨਹੀਂ ਹੈਗੀ, ਮੈਂ ਇੱਕ ਵਾਰੀ ਫਿਰ ਦੱਸਦਾ, ਇਹਨਾਂ ਨੇ ਫੇਸਬੁੱਕ ਵਾਲਿਆਂ ਨੇ ਪਾਈ ਆ, ਮੈਂ ਇੱਕ ਵਾਰੀ ਸ਼ੁਰੂ 'ਚ ਲਾ ਲਈ, ਹੁਣ ਮੈਥੋਂ ਲਾਈ ਨਹੀਂ ਜਾ ਰਹੀ ਹੈਗੀ, ਮੈਂ ਉਹ ਬਹੁਤ ਕਰਦਾ ਆਦੇ ਆਦੇ ਉੱਡਦੀ ਆ ਕਦੇ ਕਿਤੇ, ਪਰ ਲੈਂਦੀ ਨਹੀਂ ਗੀ। ਸੋ ਥੈਂਕ ਯੂ ਜੀ ਇੱਕ ਵਾਰੀ ਫਿਰ ਤੋਂ ਤੁਹਾਡਾ ਸਾਰਿਆਂ ਦਾ। ਹੈਰੀਮਾਨ ਜੀ, ਜੱਸੀ ਜੀ, ਅਮਨ ਮਹਿਤਾ ਜੀ, ਤੰਜੂ ਸਾਹਿਬ, ਜਿੰਨੇ ਵੀ ਬੰਦੇ ਲਾਈਵ ਹੋਏ ਨੇ, ਟੋਰੀ ਗਿੱਲ ਜੀ, ਨੀਡ ਟੂ ਵਾਚ ਦਿਸ ਲਾਈਕ ਦਾ ਫਸਟ ਵਨ, ਥੈਂਕ ਯੂ ਜੀ। ਜਿਹਨਾਂ ਨੂੰ ਪਹਿਲੀ ਪਸੰਦ ਲੱਗੀ ਆ ਜੀ, ਉਹਨਾਂ ਨੂੰ ਤਾਂ ਬਹੁਤ ਘੈਂਟ ਲੱਗੂਗੀ, ਕਿਉਂਕਿ ਗਾਹ ਪਾਇਆ ਆਪਾਂ ਇਸ ਫਿਲਮ ਦੇ ਵਿੱਚ ਪੂਰਾ, ਔਰ ਤੁਸੀਂ ਇੰਜੋਏ ਕਰੋਗੇ, ਮੈਂ ਗਰੰਟੀ ਨਾਲ ਕਹਿ ਸਕਦਾ। ਥੈਂਕ ਯੂ ਜੀ, ਓਕੇ, ਸਤਿ ਸ਼੍ਰੀ ਅਕਾਲ।